कोणी हो बड़े पैटी रूम में बिस्मिल्लाह रहीम अस्सलाम वालेकुम भरत गाजी रहमता बरकता ते निमता नाल आज दी वीडियो दा आगाज करने है। मैं है बासिर साबरी और आप मेरा YouTube चैनल देख रहे हैं बख्तू फैमिली व्लॉग। तो चलो माय सब्सक्राइब बुला शुरू मजेदार न्यू वीडियो। ते सेवियां अम्मी जान ने रख दी है उत्ते किथे रख दी है जो उत्ते चूल्हे ते रखी है जो। और जी आज पका रहे हैं सेवियां और माशाल्लाह सेवियां साडी दुध वाली चल रही ने। और मैनू पता नहीं लग्या मैं चलो गया सा पिंड च गप छप मारी ने बाबे ने दुख सुख सांझे किए ने लेकिन हुण जना घर आ गए। अस्सलाम वालेकुम। अस्सलाम वालेकुम। वालेकुम। और सुनाओ ठीक बेटा मामा जान हो। हां शुक्र अल्लाह। हां की कर रहे हो आज कल। बस सेवियां ही पकाऊं। अच्छा बस तू अख्तियारी बना ले सा। अख्तियारी की बना रहे आज। बस आमे शीरे दूध च पा ले सा। अच्छा ਦੋਦੇ ਜਮੀ ਸ਼ੀਰ ਵੀ ਪਾ ਲਵਾਂਗੇ ਜਾਂ ਫਿਰ ਕੋਈ ਹੋਰ ਚੀਜ਼। ਤੋ ਉਹਦੇ ਡੇਗਾ ਫੱਕਦੀਆਂ ਨੇ ਡੇਗਾ ਰਹਿ ਦੇ ਉਹ ਨਾ ਖਿਆ ਹੈ। ਅੱਛਾ ਦਿਲ ਉਹ ਕਹਤੇ ਆਇਆ ਵੀ ਨਹੀਂ ਉਹ ਕਹਤੇ ਆਸੀ ਵੀ ਨਾ ਤੂੰ ਫੁਕੇ ਮਾਰ ਮਾਰ ਕੇ ਫੁਕੇ ਹੋਈ ਪਈਏ। ਹਾਂ ਆ ਵੇਖ ਕੱਪੜੇ ਇਹਨਾਂ ਲਾਉਣ ਵਿੱਚ ਮਾਰ ਕੇ ਦੇ ਇਹਦੇ ਬੜੀਆਂ ਪੈਰ ਜਿਵੇਂ ਥੋੜੇ ਬੜੇ ਬੜੇ ਲਾਇਆ ਕੋਣੀ ਲਾਇਆ ਆਇਆ ਵੇ ਹਾਲ ਜਾ ਕੋਣੀ ਹੋਏ ਬੜੇ ਪੈਰ ਨਹੀਂ ਰੋਗ ਬਣ ਗਿਆ ਰੋਗ ਬਣ ਪਿਆ ਜੀ। ਤੂੰ ਚੰਗਾ ਬੰਦਾ ਵੀ ਰੋਗ ਬਣਾ ਛੱਡੇ ਅੰਮੀ ਜਾਨ ਨੂੰ ਜਦੋਂ ਵੀ ਕੋਈ ਖਾਣਾ ਲਾਇਆ ਦੇ ਆਰਡਰ ਇਹਨੇ ਖਰਾਬ ਹੀ ਕੀਤਾ ਨੇ ਸਵਾਰਿਆ ਨਹੀਂ ਅੱਜ ਮੈਂ ਤੇਰੀ ਸੈਟ ਕਰਤੀ ਆ। ਤੂੰ ਬਲਾ ਵੇਖ ਕੀ ਹੋਇਆ ਦਿਮਾਗ ਕੰਮ ਕਰਦਾ ਕੀ ਹੋਇਆ ਮੇਰੇ ਦਿਮਾਗ ਨੂੰ ਕੀ ਹੋਇਆ ਵੀਡੀਓ ਜੀ ਪਛਾਲਟ ਤੇ ਹੋਰ ਤੇਰੀ ਪਛਾਲਟ ਹੋ ਗਈ ਅੱਜ ਬੇਕਾਰ ਸੇਵ ਕਾਜ ਤੇਨੀ ਬੇਕਾਰ ਰੱਖ ਕੇ ਅੰਮੀ ਰੰਗੇ ਕੋ ਖਾਣਾ ਪਕਾਉਂਦਾ ਹੀ ਨਹੀਂ ਬਸ ਪਕਾ ਹੀ ਰੱਖਦੇ ਬਸ ਬਸ ਨਾ ਹੀ ਹੈ ਬਸ ਖਾਣਾ ਖੁਲਾ ਕੋਣ ਚਾਹੀਦਾ ਪਕਦਾ ਅਵਤਾਰ ਹੋਇਆ ਨਾ ਉਦੋਂ ਮੈਂ ਮਸੀਤੇ ਲੈ ਜਾਵਾਂਗਾ ਇਦੋਂ ਮਸੀਤੇ ਜਾ ਮਸਤ ਬੜੇ ਲੋਕ ਹੁੰਦੇ ਨੇ ਤੇ ਜੇ ਪਾ ਕੇ ਲੈ ਜਾਵਾਂਗਾ ਨਿੱਕਿਆਂ ਨਿੱਕਿਆਂ ਬੱਚਿਆਂ ਤੋਂ ਉੱਥੇ ਵੀ ਸਾਰੇ ਨਿੱਕੇ ਨਿੱਕੇ ਹੁੰਦੇ ਨੇ ਉੱਥੇ ਬੜੇ ਵੱਡੇ ਵੱਡੇ ਹੁੰਦੇ ਨੇ ਵੱਡਾ ਪਿੰਡ ਦਾ ਨਮਾਜ਼ ਇੱਕ ਵੀ ਕੋਈ ਨਹੀਂ ਹੁੰਦਾ ਛੋਟੇ ਛੋਟੇ ਮੇਰੇ ਮੇਰੇ ਚਿੱਟੇ ਹੁੰਦੇ ਨੇ ਮੇਰੇ ਜਿਹੜੇ ਛੋਟੇ ਨਹੀਂ ਹੋਣੇ ਕਿਹੜੇ ਵੱਡੇ ਲੈ ਕੇ ਹੋਏ ਕਿਉਂ ਜੀ ਤੂੰ ਪਹਿਲੇ ਲੈ ਆ ਮੈਨੂੰ ਪਰ ਤੂੰ ਐ ਵਿਸਾਰ ਕਰ ਨਹੀਂ ਵਿਸਾਰਦਾ ਮੈਂ ਲੈ ਕੇ ਜਾਵਾਂਗਾ ਮਸੀਤੇ ਮੈਂ ਕਿਹਾ ਮਸੀਤੇ ਜਦੋਂ ਰੋਜ਼ਾ ਇਫਤਾਰ ਹੋਵੇਗਾ ਔਰ ਉੱਥੇ ਜਿੰਨਾ ਬੱਚਿਆਂ ਟਾਫੀਆਂ ਆਪਾਂ ਦੇਵਾਂ ਬੱਚੇ ਬੜੇ ਖਾਂਦੇ ਨੇ ਸ਼ੌਕ ਟਾਫੀਆਂ ਟੂਫੀਆਂ ਤੇ ਨਾਲ ਚਾਵਲ ਚੁਲ ਆਰਾਮ ਨਾਲ ਖਾਣਗੇ ਚਾਵਲ ਚੁਲ ਸਾਡੇ ਕੋਲ ਹੈ ਕਿਉਂ ਨਹੀਂ ਸਿਰਫ ਟਾਫੀਆਂ ਕਰੀ ਦੇ ਲਾ ਕੇ ਵੀ ਮੈਂ ਥੱਕ ਪਿਆ ਔਰ ਮੈਂ ਜਿੰਨਾ ਬਾਹਰੋਂ ਜਿੰਨਾ ਬੂਈ ਜਿੰਨਾ ਪੜਦੇ ਹਾਂ ਕਿ ਸਾਨੂੰ ਜਿੰਨਾ ਖਾਵਣਾ ਤੇ ਸਾਰਾ ਜਿੰਨਾ ਗਾਸ ਹੀ ਗਾਸ ਹੋਇਆ ਪਿਆ ਔਰ ਆ ਜਿੰਨਾ ਸਾਰਾ ਖਾਲੀ ਫੁੱਲ ਹੋਈ ਪਈ ਔਰ ਇਹਨੂੰ ਜਿੰਨਾ ਖੱਟਣਾ ਹੈਗਾ ਔਰ ਇਹਨੂੰ ਜਿਹੜੀ ਸਫਾਈ ਹੈ ਲਾਜ਼ਮਨ ਕਰਨੀ ਹੈ ਸਫਾਈ ਅਗਰ ਨਾ ਕੀਤੀ ਤਾਂ ਕੰਮ ਖਰਾਬ ਹੋ ਸਕਦਾ ਹੈ ਅਤੇ ਬਕਾਇਆ ਇੱਧਰ ਆ ਗਈ ਜੀ ਮੱਕੀ ਸ਼ਰੀਫ ਔਰ ਮੱਕੀ ਮਾਸ਼ਾਅੱਲਾ ਹੁਣ ਜਿੰਨਾ ਜਵਾਨ ਹੋਣ ਲੱਗ ਪਈ ਹੈ ਅਤੇ ਵੈਸੇ ਨਾ ਇਹਦੇ ਤੋਂ ਹੁਣ ਜਿੰਨਾ ਸਾਰਾ ਪਾਣੀ ਘੱਟ ਹੀ ਲੱਗੇ ਕਿਉਂਕਿ ਜਵਾਨ ਹੋ ਰਹੀ ਹੈ ਔਰ ਇੱਧਰ ਨਾ ਡਰ ਵੀ ਹੁੰਦਾ ਬੰਦੇ ਨੂੰ ਇਨਸਾਨ ਨੂੰ ਅਗਰ ਮੱਕੀ ਸਾਰਿਆਂ ਨੂੰ ਫੁੱਲ ਇੰਨਾ ਕੱਦ ਕਮ ਸੇ ਕਮ 6-7 ਫੀਟ ਕਰ ਜਾਣਾ ਅਗਰ 6-7 ਫੀਟ ਕੱਦ ਕਰ ਗਈ ਤਾਂ ਸਾਡੇ ਜਿਹੜੀ ਕੰਧਾ ਨਾ ਕੰਧਾ ਸਾਡੀਆਂ ਮਸਾਂ 4-5 ਫੁੱਟ ਨੇ ਔਰ ਇਹਨੂੰ ਜਿਹਨੂੰ ਉੱਤੇ ਲੱਗ ਜਾਣੇ ਨੇ ਦੂਸਰੀ ਮੱਕੀ ਔਰ ਫਿਰ ਜਾਣਾ ਹਵਾ ਵੀ ਘੱਟ ਆਉਣੀ ਔਰ ਫਿਰ ਜਾਣਾ ਬੰਦੇ ਨੂੰ ਡਰ ਹੁੰਦਾ ਹੈ ਕਿ ਹਿਸਾਬ ਦਾ ਯਾਨੀ ਕਿ ਗਿੱਦੜ ਨਾ ਆ ਜਾਵੇ ਯਾਨੀ ਕਿ ਕੋਈ ਹੋਰ ਚੀਜ਼ ਵੀ ਜਾਨਵਰ ਜਿਹੜੇ ਮੱਕੀ 'ਚ ਹੁੰਦੇ ਨੇ ਉਹ ਨਾ ਸਾਡੇ ਗੱਟ ਟੱਪ ਕੇ ਆ ਜਾਣ ਕਿਉਂਕਿ ਜਾਨਵਰ ਨੂੰ ਇਹ ਛਲਾਂਗ ਲਗਾਉਣੀ ਬਿਲਕੁਲ ਸੌਖੀ ਕੋ ਕੰਨ ਜਿਹਾ ਬਿਲਕੁਲ ਛੋਟੀ ਹੈ ਔਰ ਅੰਮੀ ਜਾਨ ਮੈਨੂੰ ਵਾਜਾਂ ਮਾਰ ਰਹੀ ਹੈ ਅੰਮੀ ਦੱਸ ਕੀ ਗੱਲ ਹੋ ਗਈ ਅੰਮੀ ਕੀ ਬਣਾਓ ਜੋ ਆਮੇ ਸ਼ੀਰ ਕੀ ਜਾਮੇ ਸ਼ੀਰੇ ਔਰ ਚੱਕੀ ਲਾ ਫਿਰ ਜਲਦੀ ਕਰੋ ਲਈ ਆਉਣਾ ਅਗਰ ਜੇ ਮਸਲਨ ਫਰਿੱਜ ਹੁੰਦੀ ਨਾ ਤੇ ਜਾਮੀ ਸ਼ਰੀ ਬਣਾ ਕੇ ਫਰਿੱਜ ਦੇ ਵਿੱਚ ਰੱਖ ਦੇਣੀ ਆਈ ਔਰ ਮੁੜ ਜਿਹਾ 4 ਮਿੰਟ ਚੰਗੀ ਪਈ ਰਵੇ ਔਰ ਸਕੂਨ ਮਾਰੀ ਰੱਖੇ ਔਰ ਠੰਡੀ ਹੋ ਜਾਵੇ ਠੰਡੀ ਠੰਡੀ ਜਿਹਾ ਪੀਵੀਆ ਔਰ ਉਹਦਾ ਜਿਹਾ ਅਫਤਾਰ ਕਰੀਆ ਔਰ ਮਜ਼ਾ ਆ ਜਾਵੇ ਲੇਕਿਨ ਹੈ ਨਾ ਮੈਂ ਜਾਣ ਲੇਕਿਨ ਫਰਿੱਜ ਨਹੀਂ ਹੈ ਤੂੰ ਇਸ ਵਿੱਚ ਜਿੰਨਾ ਇਵੇਂ ਕੰਮ ਜਿਹਾ ਸਾਦੇ ਚਲਾਉਣਾ ਅੱਲਾ ਵਾਰਿਸ ਅੱਲਾ ਦੇ ਦੁੱਧ ਪੁਣਿਆ ਜੋ ਹੋਰ ਚਲੋ ਫਿਰ ਇਹਨੇ ਪਾ ਜਾਮੀ ਸ਼ਰੀ ਪੁਣਿਆ ਤੇ ਪਾਣੀ ਨਹੀਂ ਤਾਂ ਐਵੇਂ ਨਹੀਂ ਪਾਣਾ ਅੱਧੇ ਕਿਲੋ ਦੇ ਵਿੱਚ ਨਾ ਬਣਾ ਲਈਆਂ ਨੇ ਸੇਵੀਆਂ ਅੱਛਾ ਅੱਧੇ ਕਿਲੋ ਦੇ ਵਿੱਚ ਆਮੇ ਸ਼ੀਰੇ ਪਾ ਲਏ ਚਲੋ ਠੀਕ ਹੋ ਗਿਆ ਹੈਂ ਠੀਕ ਹੋ ਗਿਆ ਠੀਕਾ ਅੱਛਾ ਤੇ ਚਾਵਲ ਉਹ ਦੋ ਆਪਾਂ ਨੂੰ ਆਮ ਆ ਜਾਣ ਆਮ ਹਾਂ ਅੱਛਾ
थोड़ा जरा इना। और जी अज ना 11वीं शरीफ का दिन है और 11वीं दिन दो दिन ये है। वैसे तो ये तो असं मुल कुल लिया क्योंकि ना फिर मुल लवन गुंजाइश भी नहीं है तो इस ना ये 11वीं दुद्ध है। और जी यानी कि महीने बाद आती है 11वीं वाला दिन यानी कि 11 चंद की होती है और उस दिन जो ना 10 होती है 10 11 12 13 भी हो सकती है यानी कि क्योंकि तीन दिन 11वीं होती है। और इधर जी चीनी पाने बिल आंदे सन ना भी पिंड बत्ती आले ते ओ भी ना एक बंदा हुंदा सी जिहड़ा पढ़ दिंदा सी लेकिन हुण जिहड़ा एडे एडे बच्चे हैगे ने छोटे छोटे ओ भी आपदे मां प्यो दा नाम पढ़ के ते बिल लै के चले जांदे ने क्योंकि पाकिस्तान जिहड़े पढ़ाई ज़्यादा हो गई है हुण इस वजह जिहड़े नौकरियां ना पाकिस्तान नहीं मिलदियां पईआं। खबर ये है कि अम्मी जान सही हो गई है अल्लाह कीता लेकिन अजे तकर भी इहनूं नज़र ज़ुकाम हैगा जी। ਤੁਸੀਂ ਕਹਿਣਾ ਵੀ ਕਾਲਾ ਵੀਡੀਓ ਜਿਹੜੀ ਸਹੀ ਵਿਖਾਇਆ ਸਹੀ ਹੈਗੀ ਸੀ ਖਰਾਬ ਹੈਗੀ ਸੀ ਤਾਂ ਲੇਕਿਨ ਹੁਣ ਜਿਹੜੀ ਸਹੀ ਇਹਨੂੰ ਹੁਣ ਦਸਾਨਾ ਪਵਾਇਆ ਦੋ ਪੁੜੀਆਂ ਇਕੱਠੀਆਂ ਟਰੱਕ ਕੇ ਅਤੇ ਹੁਣ ਜਿਹੜਾ ਕੋਈ ਫਿੱਟ ਹੋ ਗਈ ਅਤੇ ਪਸੀਨਾ ਮੈਂ ਜਾਣੂ ਅਜੇ ਹੁਣ ਗਰਮੀ ਆ ਗਈ ਹੁਣ ਪਸੀਨਾ ਹੀ ਆਲੇ ਹੋਰ ਕੁਝ ਨਹੀਂ ਆਉਣਾ ਕਿਉਂਕਿ ਆ ਗਏ ਤਾਂ ਨੇੜੇ ਤੁਸੀਂ ਹੁਣ ਘੱਟ ਬੈਠਾ ਕਰੋ ਅਤੇ ਦੂਸਰਾ ਨਾ ਪਾਣੀ ਪੂਣੀ ਜ਼ਿਆਦਾ ਪੀਤਾ ਕਰੋ ਕਿਉਂਕਿ ਨੇੜੇ ਕੌਣ ਪਕਾ ਤੂੰ ਆ ਕੇ ਨੇੜੇ ਬੈਠੀ ਆਵੇ ਖਾ ਕੇ ਤਾਂ ਨੇੜੇ ਆ ਕੇ ਨੇੜੇ ਬਾਹ ਕੇ ਪਕਾਉਣਾ ਹਾਂ ਪਕਾਇਆ ਘੱਟ ਕਰੋ ਖੈਰੀ ਸੱਲਾ ਤੇ ਖਾਣਾ ਕੋਣ ਨਹੀਂ ਕਰੋ ਦੋਨ ਤਾਂ ਆਪਾਂ ਮਾਂ ਪੁੱਤ ਆਪਾਂ ਨੇ ਪਕਾ ਖਾਣਾ ਤੂੰ ਰੁਕੂ ਆ ਵੇਖ ਹੋਰ ਤੇ ਡੰਗ ਬਾਹ ਹੁੰਦਾ ਨਹੀਂ ਤੇਰੀ ਬੀਵੀ ਲਿਮਨੇ ਆਪੇ ਪਕਾ ਚੀ ਤੇ ਆਪੇ ਖਾ ਅੱਲਾ ਸਾਡੀ ਵੀ ਸੁਣੂ ਹੈ ਲੇਕਿਨ ਪਤਾ ਨਹੀਂ ਕਿਦਾਂ ਸੁਣਨੀ ਸੋ ਅੱਲਾ ਵੇ ਸੁਣੇ ਹੈ ਹੁਣੇ ਸੁਣੇ ਸੁਣੇ ਕਿਦਾਂ ਸੁਣੀ ਕਾਲ ਕੇ ਪਰਸੋ ਦੱਸ ਆ ਜਾ ਸਨ ਇੱਧਰ ਸੱਟੋ चल छाड़ दे बड़ा हो गया पी नहीं नहीं अगे क्या पता ही नहीं और एक ढक्कन पा बड़ा हो गया तो दिन ही होना था जमी शेरा पाया अल्ला देखो कि इन जना पांडे माजना कुची मिठा के कां लेके आए ने कहना नहीं कां लेके आए ने कां एक काम भी मैंने जलील करके मारी गया नक तुम लैके मैं ये मेरा सारा काम खराब करके रख देंगे ने और इन काम वेखो भी इन इतने रखने वाली हैगी तो इन तुम इतने रखो आखो डब्बा भी थले सटिया पे सबन पता नहीं है कौन या सबन भी है माड़ा मोटा क्योंकि जिंद असं बर्तन मांजने और काम निकल जाओ थानू गुट लाने माड़े माड़े दिसते पेने काम से नक तो लिया इन्होंने कोई ज्यादा फ्री कर देने फ्री हो जाते बस देखिए इनको पकड़ के खाते हैं यार इनको पकड़ते बहुत आस्ता आस्ता पाँव रखना मुर्गे तो फिर देना इंटर बड़ जी मैं शायद मैं इंतजार नहीं लाने इन्होंने बेने शायद उगल कोई इधर लेने कोई इधर 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 मैं कहीं पट दे शायद कौन इतने वेखिए शायद वो इत बहदिया ने आंडे नहीं लादियाँ शायद इतने आंडे लाने भी कोई पता नहीं इन्हों का इतने ही आंडे लावन शुरू कर मैं कहना भी इतने मौज लग जानी ये मैं अल्लाह करे दुआ करता अल्लाह इतने आंडे लावन बस दुआ मंगो भी इतने आंडे लावन बस क्योंकि ना इतने आंडे खावे और इतने भी जाना घर ले जाए घर आंडे मुक्ति मुक्ति खावे आए मैं वजह और जी मैं माँ जाना पढ़न जा रहा और अम्मी जान सिर्फ खगे जा रही है और जल्दी करो अम्मी जान तुम ठीक हो साढ़े तेंगे ना सुन पढ़ तू चौपड़ के मार के और फिर बाहर सीट देंगे ठीक हो गया या और कहाँ खुजली होनी यार खुजली वेख के सता ली क्योंकि गर्मी आ रही है ना और गर्मियाँ जो खुजलियाँ फिनसी फोड़े सारा कुछ निकले आना होगा तेल मुल सारा कुछ सारा सिर पीड़ बन जानी बस गर्मी का मैं कहना सर्दियाँ चंगी सर्दियाँ नापिल सिंदर रंग चिट्टा और गोरा रहता अल्लाह के कर दुआ ऐसा कोई नेक बंदा होवे केड़ा अपन फ्रिज देवे ता अल्लाह वे फ्रिज दे अल्लाह ने फ्रिज अल्लाह 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 देनी है अल्लाह देनी अल्लाह वे फ्रेज अल्लाह ही देनी यार साड़ी से यार तुसी वीडियो साड़ी वाच नहीं करते पर यार सारा वाच टाइम कंप्लीट हुआ और असी भी जाना थोड़ा यार कम बैक माय रात विला अम्मी जान तो टली हुई पड़ी है सुती पई है सुकून नाल कराटे मार रही मठे रखे मार एडे लंबे ते कराटे नहीं चंगे ते अम्मी जान जी वैसे ना मैं बैठा अज की चीज़ है कोई बरीक जहाँ कपड़ा ही लगता मैं मच्छरदानी है वैसे और चीज़ को नहीं और मच्छरदानी वही बैठे क्योंकि बाहर जो मच्छर ना जलील की करा और तंग की करा इधर लगा बूम 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 कुछ नहीं सोना बाहर सोना
ਤੇ ਇਨਸ਼ਾਅੱਲਾ ਜਾਣਾ ਕਿਉਂਕਿ ਨਾ ਤਰਾਵੀਆਂ ਪੜ੍ਹ ਕੇ ਔਰ ਫਾਰਗ ਸ਼ਾਰਗ ਹੋ ਕੇ ਔਰ ਮਾਸ਼ਾਅੱਲਾ ਮਸਤੀ ਮਾਹੌਲ 'ਚ ਹੋ ਕੇ ਔਰ ਹੁਣ ਜਿਹੜਾ ਮੈਂ ਸੌਣ ਦੀ ਰੂਟੀਨ ਤਿਆਰੀ ਕਰ ਰਿਹਾ ਔਰ ਵੈਸੇ ਜੀ ਯਾਨੀ ਕਿ ਲੋਈ ਉੱਤੇ ਕਰਾਂਗੇ ਔਰ ਲੋਈ ਮੈਂ ਜਿਹੜਾ ਕੋਲੇ ਰੱਖ ਲਈਏ ਨਾਲ ਲੱਦ ਲਾ ਕੇ ਔਰ ਲੱਦ ਨਾਲ ਲਾ ਕੇ ਔਰ ਥੱਲੇ ਜਿਹੜਾ ਬਿਲਕੁਲ ਇੰਝ ਹੈ ਜਿਵੇਂ ਨਾ ਜਿਵੇਂ ਹੁੰਦਾ ਨਾ ਤੁਹਾਨੂੰ ਕੀ ਕਹਿੰਦੇ ਨੇ ਪਲੱਗ ਸੈੱਟ ਉਸ ਤਰ੍ਹਾਂ ਜਿਹੜਾ ਇਹਦਾ ਹਿਸਾਬ ਲੱਗਾ ਪਿਆ ਔਰ ਜੇ ਮੈਂ ਕਹਿੰਦਾ ਕਿ ਰਾਤੀ ਪਤਾ ਨੀਂਦਰ ਵੀ ਇਹਦੇ 'ਚ ਆਉਂਦੀ ਜਾਂ ਨਹੀਂ ਆਉਂਦੀ ਅੱਜ ਮੇਰਾ ਜਿਹੜਾ ਫਸਟ ਦਿਨ ਦੇ ਨਾ ਇਹ ਮੱਛਰਦਾ ਨਹੀਂ ਸੌਂਦਾ ਹੈਗਾ ਅਤੇ ਐਂ ਲੱਗਦਾ ਵੀ ਜਿਵੇਂ ਨਾ ਕਮਰੇ 'ਚ ਪਿਆ ਔਰ ਉਲਝਣ ਜੀ ਹੋ ਰਹੀ ਹੈ ਕਿਉਂਕਿ ਜੱਟ ਬੰਦੇ ਆ ਔਰ ਪਹਿਲੀ ਵਾਰ ਜਿਹੜਾ ਸੌਣ ਲੱਗਿਆ ਉਹ ਕਹਿੰਦੇ ਨਾ ਕਿ ਜਿਹੜਾ ਬੰਦਾ ਨਾ ਪਹਿਲੀ ਵਾਰ ਜਿਹੜਾ ਕੰਮ ਕਰਨਾ ਉਹ ਥੋੜ੍ਹਾ ਜਿਹਾ ਔਖਾ ਹੀ ਹੁੰਦਾ ਅਤੇ ਸਾਡੇ ਵਾਸਤੇ ਕੰਮ ਔਖਾ ਹੀ ਹੈ ਤੋ ਵੈਸੇ ਟਾਈਮ 11 ਦਾ ਹੋ ਗਿਆ ਔਰ ਅਸੀਂ ਨਾ ਤਰਾਵੀ ਪੜ੍ਹ ਕੇ ਤਕਰੀਬਨ 10 ਵਜੇ ਨੂੰ ਫਾਰਗ ਹੋ ਜਾਂਦੇ ਹਾਂ 11 ਵਜੇ ਤੱਕ ਮੈਂ ਜਿਹੜਾ ਫਿਰ ਘੰਟਾ ਘਰ ਆ ਕੇ ਜਾਗਦਾ ਰਹਿੰਦਾ ਔਰ ਫਿਰ 11 ਵਜੇ ਸੌਂਦਾ ਔਰ ਸੁਬਹ ਮੈਨੂੰ ਜਾ ਕੇ ਮਸੇ ਆਉਂਦੀ ਸਾਰੀ ਟਾਈਮ ਹੁੰਦਾ ਨਾ ਅਤੇ ਇਸ ਵਜ੍ਹਾ ਨਾ ਇਹ ਗੋਈਏ ਪੇ ਨਾ ਅਗਰ ਮੈਂ ਤੁਹਾਨੂੰ ਵਿਖਾਵਾਂ ਨਾ ਅਤੇ ਉਹ ਸਾਹਮਣੇ ਬਲਬ ਦੇ ਕੋਲੇ ਕੋਲ ਕੇ ਬੈਠੀ ਹੈ ਔਰ ਇਹ ਜਿਹੜਾ ਬਹੁਤ ਜ਼ਹਿਰੀਲੀਆਂ ਹੁੰਦੀਆਂ ਨੇ ਇਹ ਅਗਰ ਜੇ ਮਸਲਨ ਜੇ ਖਾਲੇ ਵਿੱਚ ਡਿੱਗ ਪਾਉਣ ਨਾਲ ਚਿਪਕਲੀ ਅਤੇ ਬੰਦੇ ਦਾ ਖਾਣਾ ਜਿਹੜਾ ਬਿਲਕੁਲ ਤਬਾਹ ਹੋ ਜਾਂਦਾ ਯਾਨੀ ਕਿ ਬੰਦਾ ਖਾ ਲਵੇ ਨਾ ਤਾਂ ਬੰਦੇ ਨੂੰ ਵੀ ਜਿਹੜਾ ਬੇਹੋਸ਼ ਹੋ ਜਾਂਦਾ ਔਰ ਜਾਨ ਜਾਵਣ ਦਾ ਵੀ ਖਤਰਾ ਹੋ ਸਕਦਾ ਕਿਉਂਕਿ ਜ਼ਹਿਰੀਲੀ ਚੀਜ਼ ਹੁੰਦੀ ਜਦੋਂ ਜ਼ਹਿਰ ਹੈ ਉਹ ਫਿਰ ਜ਼ਹਿਰ ਹੀ ਹੈ ਤੋ ਇਸ ਵਜ੍ਹਾ ਦਾ ਨਾ ਵਲੋਗ ਕਾ ਐਂਡ ਕਰਦੇ ਹੋਏ ਜ਼ਹਿਰ ਕੀ ਵਜ੍ਹਾ ਸੇ ਨਹੀਂ ਔਰ ਆਪਣੀ ਵੀਡੀਓ ਕੋ ਇੰਤਜ਼ਾਮ ਤੱਕ ਯਾਨੀ ਕਿ ਵੀਡੀਓ ਕਾ ਵਲੋਗ ਕਾ ਐਂਡ ਕਰਦੇ ਹੋਏ ਔਰ ਆਪਣੀ ਵੀਡੀਓ ਕੋ ਇੰਤਜ਼ਾਮ ਤੱਕ ਪਹੁੰਚਾਤੇ ਹੋਏ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਵਕਤ ਨੂੰ ਦੁਆ ਮੇਂ ਜ਼ਰੂਰ ਜਾਣਾ ਤੋ ਤਬ ਤੱਕ ਲਈ ਅੱਲਾ ਹਾਫਿਜ਼ ਜਦ ਜਦ ਚੈਨਲ ਕੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਕੋ ਜ਼ਰੂਰ ਦਬਾਣਾ ਆਪ ਲੋਗੋਂ ਸੇ ਔਰ ਯਹੀ ਮੇਰੀ ਛੋਟੀ ਸੀ ਗੁਜ਼ਾਰਿਸ਼ ਹੋਤੀ ਹੈ ਆਪ ਲੋਗੋਂ ਸੇ।